ਚੱਲ ਕੱਪੜੇ ਦਾ ਕੰਮ ਤਾਂ ਨਿਬੜਿਆ, ਹੁਣ ਐਂ ਕਰਦੀ ਆ ਦੋ ਘੜੇ ਨਾ ਆਰਾਮ ਕਰਦੀ ਆ। ਲੈ ਮੈਂ ਵੀ ਕੱਪੜੇ ਜੇ ਧੋਈ ਦੇਵਾਂ, ਉਧਰ ਵੀ ਇੰਨਾ ਢੇਰ ਲੱਗਿਆ ਪਿਆ ਕੱਪੜਿਆਂ ਦਾ। ਲੈ ਦੇਖ ਲੈ, ਮਹਾਰਾਣੀ ਨੇ ਸਵੇਰੇ ਉੱਠ ਕੇ ਕੱਪੜੇ ਧੋ ਕੇ ਤਾਰਾਂ ਭਰ ਵੀ ਦਿੱਤੀਆਂ। ਨਾ ਇਹਨੂੰ ਪੁੱਛਣ ਵਾਲਾ ਹੋਵੇ ਆ ਦਾਜ ਲੈ ਕੇ ਆਈ ਹੈ ਮਸ਼ੀਨ, ਮਸ਼ੀਨ ਤਾਂ ਮੇਰੀ ਹੈ, ਸਾਰੀਆਂ ਚੀਜ਼ਾਂ 'ਤੇ ਕਬਜ਼ਾ ਕਰਕੇ ਬਹਿ ਜਾਂਦੀ ਹੈ। ਕੋਈ ਨਾ, ਇਹਨੂੰ ਤਾਂ ਮੈਂ ਪੁੱਛਦੀ ਹਾਂ, ਮੈਨੂੰ ਜਾਣ ਦੇ ਇਹਦੇ ਕੋਲੇ। ਨਾ ਕੀ ਗੱਲ ਨਹੀਂ, ਸਾਰੀਆਂ ਚੀਜ਼ਾਂ 'ਤੇ ਕਬਜ਼ਾ ਕਰਕੇ ਬਹਿ ਜਾਂਦੀ ਹੈ, ਨਾਲੇ ਤੜਕੀ ਧੋ ਧੋ ਕੇ ਕੱਪੜੇ ਤਾਰਾਂ ਭਰਤੀਆਂ, ਕੀ ਗੱਲ ਕਿਸੇ ਹੋਰ ਨੇ ਕੰਮ ਧੰਦਾ ਕਰਨਾ ਨਹੀਂ ਹੁੰਦਾ। ਲੈ ਦੀਦੀ ਜੀ, ਇੰਨੇ ਹੀ ਆ ਤੁਹਾਨੂੰ ਤਾਂ ਸਵੇਰੇ ਛੇਤੀ ਉੱਠਣਾ ਸੀ ਤੁਸੀਂ। ਨਹੀਂ ਉੱਠੀ ਤਾਂ ਮੈਂ ਸਵੇਰ ਦੀ ਆ, ਬਾਕੀ ਰਸੋਈ ਦਾ ਕੰਮ ਵੀ ਸਾਂਭਣਾ ਹੁੰਦਾ। ਤੂੰ ਤਾਂ ਸਵੇਰੀ ਲਾ ਲੈਣੀ ਟੌਰ ਹੈ, ਤੇਰੇ ਟਸ਼ਨੇ ਮਸ਼ਨੇ ਨਹੀਂ ਲੋਟ ਆਉਂਦੇ, ਦੇਖ ਤਾਂ ਸਹੀ ਕਿਵੇਂ ਚਿਲਕ ਚੰਦੋ ਬਣੀ ਫਿਰਦੀ ਆ। ਨਾ ਦੀਦੀ, ਕੰਮਾਂ ਕਰਨਾ ਤਿਆਰ ਹੋਣ ਦਾ ਕੀ ਲੈਣਾ ਦੇਣਾ, ਨਾ ਤੁਸੀਂ ਮੈਨੂੰ ਕਹਿੰਦੇ ਹੋ ਵੀ ਤੂੰ ਤਿਆਰ ਹੋ ਗਈ, ਆਪਦੀ ਕਿਨੀ ਵੀ ਦੇਖ ਲਓ, ਆਪ ਵੀ ਸਵੇਰੇ ਟਿਸ਼ਨ ਵਿਸ਼ਨ ਹੋਏ ਫਿਰਦੇ ਹੋ। ਨਾ ਹੁਣ ਨਹਾਉਣਾ ਧੋਣਾ ਨਹੀਂ ਹੈਗਾ, ਹੋਰ ਕੀ ਆਈ ਫਿਰ ਬਣ ਕੇ ਫਿਰਦੀ ਰਹਾ ਹੈ। ਮੇਰੀ ਗੱਲ ਸੁਣ, ਤੇਰੇ ਵਾਂਗੂ ਨਹੀਂ ਮੈਂ ਟੌਰ ਕੱਢੀ ਹੈਗੀ, ਤੂੰ ਦੇਖ ਲੈ ਕਿਵੇਂ ਲਾਲ ਲਾਲ ਬਣੀ ਫਿਰਦੀ ਹੈਗੀ। ਨਾਲੇ ਇੱਕ ਗੱਲ ਹੋਰ, ਜੇ ਤੈਨੂੰ ਜ਼ਿਆਦਾ ਸ਼ੌਂਕ ਹੈ ਨਾ ਮੇਰੀ ਮਸ਼ੀਨ 'ਚ ਕੱਪੜੇ ਧੋਣ ਦਾ, ਮੰਗਵਾ ਲਾ ਨਾ ਆਪਦੇ ਪੇਕਿਆਂ ਤੋਂ, ਮੇਰੀ ਕਾਹਤੋਂ ਵਰਤਦੀ ਹੈ ਚੀਜ਼। ਅੱਛਾ ਅੱਛਾ, ਰੜਕ ਤਾਂ ਮਸ਼ੀਨ ਦੀ ਪੈਂਦੀ ਹੈ, ਤੇ ਤੇਰੀ ਮਸ਼ੀਨ ਕਿਉਂ ਵਰਤ ਲਈ? ਨਾ ਮਸ਼ੀਨ ਵੀ ਘਰ ਦੀ ਸਾਂਝੀ ਆ, ਜੇ ਤੂੰ ਕਹਿੰਦੀ ਹੈ ਮੇਰੇ ਘਰਦਿਆਂ ਨੇ ਦਾਜ 'ਚ ਸਮਾਨ ਨਹੀਂ ਦਿੱਤਾ, ਪੈਸੇ ਤਾਂ ਦਿੱਤੇ ਸੀ ਦਾਜ ਨੇ, ਉਹ ਪੈਸੇ ਵੀ ਤੁਸੀਂ ਵਰਤੇ ਨੇ, ਕਿਹੜਾ ਮੇਰੇ ਖਸਮ ਨੇ ਜੇਬ 'ਚ ਪਾ ਲਏ? ਜੇਬ 'ਚ ਪਾਏ ਚਾਹੇ ਨਾ ਪਾਏ, ਇਹਦੇ 'ਚ ਮੈਨੂੰ ਕੋਈ ਲੈਣ ਦੇਣ ਨਹੀਂ। ਪਰ ਮੇਰੀ ਇੱਕ ਗੱਲ ਸੁਣ ਲੈ, ਆਹ ਕੱਪੜੇ ਧੋਣੇ ਹੁੰਦੇ ਆ ਨਾ, ਇੱਕ ਟਾਈਮ ਧੋ ਲਿਆ ਕਰ, ਇੱਕ ਟਾਈਮ ਮੈਂ ਧੋਇਆ ਕਰੂੰ, ਆਏ ਨਹੀਂ ਵੀ ਜਦੋਂ ਜੀ ਕੀਤਾ ਇੱਕ ਸੂਟ ਪਾ ਲਿਆ, ਜਦੋਂ ਜੀ ਕੀਤਾ ਇੱਕ ਸੂਟ ਪਾ ਲਿਆ, ਸਮਝ ਗਈ? ਨਾਲੇ ਜਦੋਂ ਇਹ ਮਸ਼ੀਨ ਖਰਾਬ ਹੋ ਗਈ ਸੀ ਉਦੋਂ ਤਾਂ ਤੇਰਾ ਘਰ ਵਾਲਾ ਵੀ ਨੇੜੇ ਲੱਗਿਆ ਹੈ, ਅਸੀਂ ਸਮਰਾਈ ਇੰਨੇ ਪੈਸੇ ਲਾ ਕੇ, ਨਾਲੇ ਆਪਦੇ ਕੱਪੜੇ ਜੇ ਤਾਰ ਲਾ ਸਾਰੇ, ਮੈਂ ਸੁੱਕਣੇ ਪਾਉਣੇ ਆ ਫਿਰ ਆਪਦੇ। ਮੇਰੀ ਵੀ ਗੱਲ ਸੁਣ ਲੈ, ਜਿੰਨਾ ਟਾਈਮ ਤੱਕ ਮੇਰੇ ਕੱਪੜੇ ਸੁੱਕਦੇ ਨੇ ਨਾ, ਹੱਥ ਲਾਉਣ ਦੀ ਲੋੜ ਨਹੀਂ ਹੈਗੀ। ਆਏ ਕਿਵੇਂ ਨਹੀਂ ਹੱਥ ਲਾਉਣ ਦੀ ਲੋੜ, ਮੈਂ ਨਹੀਂ ਧੋਣੇ, ਆ ਧੁੱਪ ਵੀ ਵਗੀ, ਸਾਰੀ ਧੁੱਪ ਤੇ ਮੱਲ ਮਾਰੀ ਬੈਠੀ ਹੈਗੀ। ਨਾ ਜੇ ਇੰਨੇ ਹੀ ਆ, ਬਾਅਦ ਵਿੱਚ ਧੋਲੀ, ਕੱਲੂ ਧੋਲੀ, ਅੱਜ ਕੀ ਲੋੜ ਆਇਆ ਪਿਆ? ਕਿਉਂ ਤੇਰਾ ਕੀ ਲੋੜ ਆਇਆ ਪਿਆ ਸੀ ਫਿਰ ਅੱਜ? ਚੁੱਪ ਕਰਕੇ ਆਪਦੇ ਕੱਪੜੇ ਲਾ ਲੈ, ਮੈਂ ਧੋਣੇ ਹੈਗੇ। ਮੈਂ ਨਹੀਂ ਲਾਂਦੀ, ਜੇ ਹੱਥ ਲੈਣਾ ਮੇਰੇ ਕੱਪੜੇ ਨੂੰ, ਗੁੱਤਨੀ ਫੜ ਕੇ ਖਿੱਚ ਦੂੰ। ਨਹੀਂ ਗੁੱਤਨੀ, ਤੂੰ ਨਾ ਪਟਾ ਲਈ ਆਪਦੀ ਕਿਤੇ। ਸਵੇਰੇ ਸਵੇਰੇ ਇਹਨਾਂ ਨੇ ਪਤਾ ਨਹੀਂ ਹੁਣ ਕੀ ਲੜਾਈ ਸ਼ੁਰੂ ਕਰ ਲਈ, ਇਹਨਾਂ ਨੂੰ ਇਹ ਨਹੀਂ ਆਉਂਦਾ ਰਲ ਮਿਲ ਕੇ ਕੰਮ ਕਰ ਲਈਏ। ਸਵੇਰੇ ਝੱਜੂ ਪਾ ਕੇ ਬਹਿ ਜਾਂਦੀਆਂ ਨੇ, ਕੱਲ ਜਾ ਕੇ ਦੇਖਦਾ ਕੀ ਗੱਲਾਂ ਬਿਨਾਂ ਪਾਰਖਿਆ ਇਹਨਾਂ ਨੇ। ਨਹੀਂ ਬੋਤਲ ਬੋਲ, ਨਹੀਂ ਮੈਂ ਤੈਨੂੰ ਦੱਸ ਦੂੰ ਮੈਂ ਕੀ ਆ ਕੀ ਨਹੀਂ। ਬਸ ਰਹਿਣ ਦੇ, ਕਿਤੇ ਊ ਨਾ ਤੈਨੂੰ ਮੈਨੂੰ ਲੱਗਦਾ ਗੋਡੇ ਥੱਲੇ ਲੈਣੀ ਪੈ ਜੇ। ਉਹ ਕਿਸੇ ਵਕਤ ਟਿਕ ਵੀ ਜਾਇਆ ਕਰੋ, ਕਿਉਂ ਸਵੇਰੇ ਸਵੇਰੇ ਲੜਾਈ ਪਈ ਆ, ਕਿਉਂ ਲੋਕਾਂ ਨੂੰ ਜਲੂਸ ਦਿਖਾਉਣੇ ਹੋ? ਆੜ ਗਵਾੜ ਦੇਖ ਲਓ ਕਿਵੇਂ ਸੁੱਖ ਸ਼ਾਂਤੀ ਨਾਲ ਬਸਦਾ ਹੈਗਾ। ਜੇਠ ਜੀ, ਤੁਸੀਂ ਮੈਨੂੰ ਕੀ ਕਹਿੰਦੇ, ਤੁਸੀਂ ਆਪਦੇ ਵਾਲੀ ਨੂੰ ਸਮਝਾਓ, ਇਹੀ ਲੱਗ ਜਾਂਦੀ ਹੈ ਸਵੇਰੀ ਬੋਲਣ। ਆਹੋ, ਤੇਰੀ ਲੁਤਰੋ ਤਾਂ ਘੱਟ ਚੱਲਦੀ ਆ, ਮੈਂ ਹੀ ਦੱਸਦੀ ਆ ਜ਼ਿਆਦਾ ਬੋਲਦੀ ਤਾਂ। ਉਹ ਪਰ ਪਤਾ ਤਾਂ ਲੱਗੇ ਹੋਇਆ ਕੀ ਹੈਗਾ, ਕਿਉਂ ਸਵੇਰੇ ਸਵੇਰੇ ਕਲੇਸ਼ ਖੜਾ ਕੀਤਾ? ਮੈਂ ਦੱਸਦੀ ਆ ਜੀ ਗੱਲ ਕੀ ਹੋਈ ਹੈ, ਮੇਰੀ ਗੱਲ ਸੁਣੋ, ਮੈਂ ਤਾਂ ਘਰ ਦੇ ਕੰਮ ਕਰਦੀ ਕਰਦੀ ਚੱਲ ਲੇਟ ਹੋ ਜਾਂਦੀ ਹੈ, ਇਹ ਮਹਾਰਾਣੀ ਸਵੇਰੇ ਉੱਠਦੀ ਹੈ ਪਹਿਲਾਂ ਮਸ਼ੀਨ ਨੂੰ ਚੁੰਬੜ ਜਾਂਦੀ ਹੈ, ਕੱਪੜੇ ਧੋਣ ਲੱਗ ਜਾਂਦੀ ਹੈ, ਮੇਰੇ ਸਾਰੇ ਕੱਪੜੇ ਥਾਏ ਰਹਿ ਜਾਂਦੇ ਆ, ਜਦੋਂ ਮੇਰੇ ਪਾਉਣ ਦਾ ਵੇਲਾ ਹੁੰਦਾ ਤਾਰ ਤੇ ਕੱਪੜੇ ਪਾਉਣ ਦਾ, ਉਦੋਂ ਮਹਾਰਾਣੀ ਦੇ ਕੱਪੜੇ ਗਿੱਲੇ ਪਏ ਹੁੰਦੇ ਆ, ਹੁਣ ਤੁਸੀਂ ਆਪ ਹੀ ਦੱਸੋ ਇਹ 'ਚ ਗਲਤੀ ਕਿਹਦੀ ਹੈ। ਜੇਠ ਜੀ, ਮੈਂ ਤੁਹਾਨੂੰ ਦੱਸਦੀ ਹਾਂ, ਪਹਿਲਾਂ ਜਦੋਂ ਮੈਂ ਸਵੇਰੇ ਰਸੋਈ 'ਚ ਜਾਣ ਲੱਗੀ ਉੱਥੇ ਇਹ ਮੈਡਮ ਕੰਮ ਕਰਦੀ ਪਈ ਸੀ, ਮੈਂ ਸੋਚਿਆ ਚੱਲ ਜਿੰਨਾ ਟਾਈਮ ਮੈਂ ਰਸੋਈ 'ਚ ਕੰਮ ਕਰਦੀ ਹਾਂ ਮੈਂ ਬਾਹਰ ਆ ਕੇ ਕੱਪੜੇ ਧੋ ਲੈਂਦੀ ਹਾਂ, ਪਰ ਕਿੱਥੋਂ ਮਹਾਰਾਣੀ ਅੱਗੇ ਇੱਥੇ ਵੀ ਮੈਨੂੰ ਬੋਲਣ ਲੱਗ ਗਈ, ਇਹ 'ਚ ਵੀ ਮੇਰੀ ਗਲਤੀ ਕੱਢਦੀ ਹੈ, ਜੇ ਮੈਂ ਉੱਚ ਰਸੋਈ 'ਚ ਇਹਨੂੰ ਕਹਿੰਦੀ ਮੈਂ ਭਾਈ ਕੰਮ ਕਰਨਾ ਫੇਰ ਮੈਨੂੰ ਬੋਲਦੀ, ਨਾ ਮਾਣ ਇਹ ਕਿਸੇ ਪਾਸੇ। ਉਹ ਭਾਈ ਜੇ ਰਲ ਮਿਲ ਕੇ ਕੰਮ ਕਰੋ, ਕਿਉਂ ਲੜਾਈ ਪਵੇ? ਨਾਲੇ ਇਹਦਾ ਬੋਲੀ ਆ, ਤੂੰ ਤਾਂ ਸਿਆਣੀ ਆ, ਤੂੰ ਹੀ ਚੁੱਪ ਕਰ ਜਾ। ਚੱਲ ਕੋਈ ਨਾ ਅੰਦਰ ਜਾ, ਇਹਨੂੰ ਮੈਂ ਆਪੇ ਸਮਝਾ ਦਿੰਦਾਗਾ। ਆਹੋ, ਮੈਂ ਤਾਂ ਆਪ ਹੀ ਬੋਲੀ ਆ, ਜਿਹੜੀ ਸਵੇਰੇ ਉੱਠ ਕੇ ਤੁਹਾਡਾ ਗੋਲਾ ਧੰਦਾ ਕਰਦੀ ਆ, ਇਹ ਮੈਡਮ ਉੱਠਦੀ ਆ 9 ਵਜੇ, ਅੱਜ ਇਹ ਜਲਦੀ ਤਾਂ ਉੱਠੀ ਆ ਵੀ ਮੈਂ ਕੱਪੜੇ ਧੋਣੇ ਆ, ਖੁੰਦ ਕਵਾਈ ਚ ਉੱਠੀ ਆ, ਹੋਰ ਕੋਈ ਗੱਲਬਾਤ ਨਹੀਂ ਹੈਗੀ। ਓਏ ਆ ਬੰਨੇ ਤੇਰੇ ਮੂਹਰੇ ਹੱਥ ਆ, ਚੁੱਪ ਕਰ ਜਾ, ਮੈਂ ਤਾਂ ਕੰਮ ਤੇ ਵੀ ਜਾਣਾ ਹੈਗਾ।
ਆ ਤੁਹਾਡਾ ਕਲੇਸ਼ ਨਹੀਂ ਮੁੱਕਣਾ, ਨਾਲੇ ਗੱਲ ਸੁਣ ਲੈ, ਮੇਰੇ ਜਾਣ ਮਗਰੋਂ ਨਾ ਲੜਾਈ ਪਾ ਕੇ ਨਾ ਬਹਿ ਜੀ, ਮੈਂ ਚੱਲਿਆ। ਬਸ ਮੈਨੂੰ ਗਲਤ ਦੱਸੀ ਜਾਇਆ ਕਰੋ, ਉਹਨੂੰ ਨਾ ਮਹਾਰਾਣੀ ਨੂੰ ਕੁਛ ਆਖਿਓ। ਕੋਈ ਨਾ, ਤੂੰ ਕੀ ਇਹਨੂੰ ਸਮਝਾਉਣੀ ਆ, ਤੈਨੂੰ ਤਾਂ ਮੈਂ ਦੱਸੂ ਪਤਾ, ਇਹਦੇ ਨਾਲ ਤਾਂ ਦੋ ਹੱਥ ਮੈਨੂੰ ਕਰਨੇ ਪੈਣਗੇ। ਕੋਈ ਨਾ, ਧੋ ਲੈਂਦੇ ਮੈਨੂੰ ਕੱਪੜੇ। ਕਿਵੇਂ ਲੱਗੀ ਪਈ ਆ ਬੁੜਬੁੜ ਕਰਨ, ਪਤਾ ਨਹੀਂ ਕਿਹੜੀ ਕੁੱਤੇ ਵਾਲੀ ਹੱਡੀ ਲੱਗੀ ਆ, ਜਿਹੜਾ ਸਵੇਰੇ ਭੌਂਕਣਾ ਸ਼ੁਰੂ ਕਰ ਦੂਗੀ। ਇਹਦੇ ਵਰਤਾਂ ਨਾ ਕੋਈ ਗੱਲ ਕਰਨੀ ਪਊ ਇਹਨਾਂ ਨਾਲ, ਹੜਦੀ ਨਹੀਂ ਹੈਗੀ ਐਵੇਂ ਇਹ ਤਾਂ ਪਾ ਰੱਖਿਆ ਨੇ, ਸਵੇਰੇ ਲੱਗ ਜੂ ਬੋਲਣ। ਇਹ ਪਤਾ ਨਹੀਂ ਉੱਠੇ ਹੋਣਗੇ, ਪਤਾ ਨਹੀਂ ਨਹੀਂ। ਨਾ ਹੁਣ ਨਿਕਲ ਜਾਓ ਬਿਸਤਰੇ ਚੋਂ, ਉੱਠਣਾ ਨਹੀਂ ਹੈਗਾ। ਉੱਠ ਕੇ ਫੋਨ ਨੂੰ ਚਿੰਬੜ ਜਿਆ ਕਰੋ, ਆ ਫੜੋ ਚਾਹ। ਫੋਨ ਨੂੰ ਹੀ ਚਿੰਬੜਨਾ? ਵੈਸੇ ਤੈਨੂੰ ਪਤਾ ਤਾਂ ਹੈਗਾ ਯੁੱਗ ਐਸਾ, ਸਾਰੇ ਕੰਮ ਅੱਜ ਕੱਲ੍ਹ ਫੋਨ 'ਤੇ ਹੁੰਦੇ ਨੇ। ਚੰਗਾ, ਮੈਨੂੰ ਬਹੁਤਾ ਨਾ ਸਿਖਾਓ, ਆਪਦਾ ਉੱਠ ਕੇ ਨਾ ਧੋ ਲਓ, ਫਿਰ ਕਹੋਗੇ ਲੇਟ ਹੋ ਗਿਆ। ਮੈਂ ਤਾਂ ਨਾ ਲੂੰਗਾ ਨਾ। ਤੂੰ ਦੱਸ ਅੱਜ ਕਿਵੇਂ ਸਵੇਰੇ ਸਵੇਰੇ ਮੂੰਝਾਂ ਮਚਾਈ ਫਿਰਦੀ ਹੈ? ਮੈਂ ਕਿਉਂ ਮੂੰਹ ਮਚਾਵਾਂ, ਮਚਾਉਣ ਮੇਰੇ ਦੁਸ਼ਮਣ। ਉਹ ਕੀ ਗੱਲ ਹੋ ਗਈ, ਨਾਲੇ ਹੱਥ ਦੇ ਰੌਲਾ ਜਿਹਾ ਕਾਹਦਾ ਪਰੇ ਸੀ? ਉਹ ਤੁਹਾਡੀ ਨਾ ਵੱਡੀ ਭਰਜਾਈ ਲੱਗ ਜਾਂਦੀ ਹੈ ਸਵੇਰੇ ਬੋਲਣ। ਮੈਂ ਕੁਛ ਕਹਿੰਦੀ ਨਹੀਂ, ਇਹਦਾ ਮਤਲਬ ਐ ਨਹੀਂ ਵੀ ਮੈਂ ਚੁੱਪ ਰਹੂੰਗੀ ਜਾਂ ਮੈਂ ਜਵਾਬ ਨਹੀਂ ਦਊਂਗੀ ਮੁਰੋ। ਉਹ ਯਾਰ ਅੱਜ ਤਾਂ ਤੁਹਾਨੂੰ ਸਮਝਾ ਸਮਝਾ ਥੱਕ ਗਏ, ਇੱਕ ਤੁਸੀਂ ਜਿਹੜੀਆਂ ਸਮਝਦੀ ਨਹੀਂ ਹੈਗੀਆਂ। ਜੇ ਭਰਜਾਈ ਦਾ ਪੱਖ ਪੂਰਦਾ ਤਾਂ ਤੇਰੇ ਗਲੀਓਂ ਮਾੜਾ ਪੈਂਦਾ, ਜੇ ਤੇਰਾ ਪੂਰਦਾ ਤਾਂ ਉਧਰੋਂ ਮਾੜਾ ਪੈਂਦਾ। ਉਹ ਅਸੀਂ ਕਿੱਧਰ ਜਾਈਏ, ਮਾੜਾ ਮੋਟਾ ਆਪ ਵੀ ਸਮਝਿਆ ਕਰੋ। ਮੈਂ ਪੱਖ ਪੂਰਨ ਬਾਰੇ ਨਹੀਂ ਕਹਿ ਰਹੀ, ਸਹੀ ਗਲਤ ਦਾ ਫੈਸਲਾ ਤਾਂ ਤੁਸੀਂ ਕਰ ਹੀ ਸਕਦੇ ਹੋ ਨਾ। ਨਾ ਸਵੇਰੇ ਮੈਨੂੰ ਆ ਕੇ ਕਹਿੰਦੀ ਆ ਨਾ ਮੇਰੇ ਮਸ਼ੀਨ 'ਚ ਕੱਪੜੇ ਨਾ ਧੋ, ਜੇ ਇੰਨੇ ਹੀ ਉਹਦੇ ਪੇਕਿਆਂ ਤੋਂ ਮੰਗਾ ਲਾ। ਨਾ ਕੀ ਗੱਲ, ਮੇਰਾ ਕੋਈ ਹੱਕ ਨਹੀਂ ਹੈ ਘਰ 'ਚ? ਕੋਈ ਹੱਕ ਤਾਂ ਹੈਗਾ, ਤੈਨੂੰ ਕਿਹੜਾ ਘਰ 'ਚੋਂ ਕੱਢਣ ਲੱਗੇ ਨੇ? ਉਹਦਾ ਗੱਲ ਐਵੇਂ ਆ ਵੀ ਮਾੜਾ ਮੋਟਾ ਤੂੰ ਸਮਝਦਾਰ ਬਣਿਆ ਕਰ, ਫਿਰ ਕੀ ਹੋਇਆ ਜੇ ਤੈਨੂੰ ਬੋਲ ਵੀ ਦਿੰਦੀ ਆ? ਤੇਰੇ ਤੋਂ ਤਾਂ ਵੱਡੀ ਆ ਨਾ, ਤੂੰ ਹੀ ਲੜਨ ਬਹਿ ਜਾਂਦੀ ਆ। ਮੇਰਾ ਕੀ ਜੀ ਕਰਦਾ ਲੜਨ, ਨਾਲੇ ਤੁਹਾਨੂੰ ਵੀ ਪਤਾ ਮੇਰੇ ਘਰ 'ਚ ਕਿਸੇ ਨੇ ਮੈਨੂੰ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ, ਉਹਨੇ ਮੈਨੂੰ ਇੰਨਾ ਕੁਛ ਸੁਣਨਾ ਪੈਂਦਾ। ਉਹ ਜਿਸੇ ਘਰ 'ਚ ਕਿਸੇ ਨੇ ਉੱਚੀ ਆਵਾਜ਼ ਨਾਲ ਗੱਲ ਨਹੀਂ ਕਰੀ, ਉਰੇ ਕਿਹੜਾ ਤੇਰੇ ਕਿਸੇ ਨੇ ਗੜਾਸਾ ਮਾਰਿਆ। ਨਾਲੇ ਮੇਰੀ ਗੱਲ ਸੁਣ, ਐਵੇਂ ਬਹੁਤੀ ਟੈਨਸ਼ਨ ਨਾ ਲਿਆ ਕਰ, ਕਿਹੜੀ ਗੱਲ ਪਿੱਛੋਂ ਲੜਾਈ ਹੋਈ ਸੀ ਦੱਸ? ਮਸ਼ੀਨ ਪਿੱਛੇ ਹੋਈ ਸੀ, ਦੱਸਿਆ ਤਾਂ ਹੈਗਾ, ਕਹਿੰਦੀ ਹਾਂ ਹਾਂ ਮੇਰੇ ਪੇਕੇ ਆਈ ਆ, ਤੇਰੇ ਪੇਕੇ ਕੁਛ ਆਇਆ ਨਹੀਂ ਹੈਗਾ। ਦੇਖ ਆਹ ਗੱਲ ਤਾਂ ਭਰਜਾਈ ਦੀ ਮਾੜੀ ਆ, ਚੱਲ ਮੈਂ ਉਹਨੂੰ ਆਪੇ ਸਮਝਾ ਦੂੰਗਾ, ਹੁਣ ਤੂੰ ਨਾ ਬੋਲੀ, ਜਾ ਕੇ ਕਰ ਲਾ ਕੰਮ ਕਰ। ਪਤਾ ਨਹੀਂ ਕਦੋਂ ਸਮਝਾਉਂਗੇ, ਇਹਨਾਂ ਦਾ ਵੀ ਸਾਰਾ ਪਿਆ, ਉਹ ਐਵੇਂ ਪਰਿਵਾਰ ਥੋੜ੍ਹਾ ਚੱਲਦੇ ਹੁੰਦੇ ਨੇ, ਚੱਲ ਜੇ ਇੱਕ ਬੋਲਦੇ ਆ ਦੂਜੀ ਚੁੱਪ ਹੋ ਜੇ। ਕੱਪੜੇ ਪਿੱਛੇ ਲੜਕੇ ਬਹਿ ਗਈਆਂ। ਗੱਲ ਸੁਣ ਭਰਜਾਈ। ਹਾਂ ਉਲਟਾ। ਹਾਂ ਦੱਸ ਕੀ ਗੱਲ ਹੋ ਗਈ ਸੀ? ਗੱਲ ਕੀ ਹੋਣੀ ਸੀ, ਕੱਪੜੇ ਧੋਂਦੀ ਸੀ, ਮਾੜਾ ਜਿਹਾ ਮੈਂ ਟੋਕਤਾ ਵਿੱਚ, ਇੰਨੇ 'ਚ ਮੂੰਹ ਬਣਾ ਲਿਆ। ਮੇਰੀ ਗੱਲ ਸੁਣ, ਮੈਂ ਉਹ ਤੋਂ ਵੱਡੀ ਆ, ਮੇਰਾ ਫਰਜ਼ ਬਣਦਾ ਗੱਲ ਸਮਝਾਉਂਦਾ, ਇੰਨੇ 'ਚ ਬਸ ਗੁੱਸੇ ਹੋ ਜਾਂਦੀ ਆ। ਮੈਂ ਵੀ ਉਹਨੂੰ ਇਹ ਸਮਝਾਇਆ ਸੀ ਵੀ ਭਾਬੀ ਤੇਰੇ ਨਾਲੋਂ ਵੱਡੀ ਆ, ਜੇ ਮਾੜਾ ਮੋਟਾ ਕੁਛ ਕਹਿ ਦਿੰਦੀ ਆ ਤਾਂ ਸੁਣ ਲਿਆ ਕਰ, ਪਰਿਵਾਰ ਦੀ ਭਲਾਈ ਵਾਸਤੇ ਕਹਿੰਦੀ ਆ ਉਹ। ਅੱਛਾ ਤਾਂ ਸਵੇਰੇ ਸਵੇਰੇ ਮੈਡਮ ਨੇ ਤੇਰੇ ਵੀ ਕੰਨ ਭਰਤੇ? ਦੇਖੀ ਐ ਨਹੀਂ ਦੇਖਦੀ ਹੈਗੀ ਵੀ ਮੈਂ ਤਾਂ ਉਹਨੂੰ ਸਮਝਾਉਣੀ ਆ, ਉਹ ਤਾਂ ਨਾ ਮਾੜੀ ਜਿਹੀ ਗੱਲ ਦਾ ਉਈ ਬਤੰਗੜ ਬਣਾ ਕੇ ਬਹਿ ਜਾਂਦੀ ਆ। ਭਾਬੀ ਮੈਂ ਵੀ ਉਹਨੂੰ ਇਹੀ ਸਮਝਾਉਣਾ ਹੁੰਦਾ ਹੈਗਾ। ਚੱਲ ਭਾਬੀ ਗੱਲ ਜੋ ਵੀ ਆ ਤੈਨੂੰ ਪਤਾ ਆਪਣਾ ਤਾਂ ਸਾਂਝਾ ਪਰਿਵਾਰ ਹੈ, ਨਾਲੇ ਉਹ ਤਾਂ ਬੌਲੀ ਆ ਭਾਬੀ, ਤੂੰ ਤਾਂ ਸਿਆਣੀ ਆ,
ਜੇ ਮਾੜਾ ਮੋਟਾ ਬੋਲਦੀ ਵੀ ਹੁੰਦੀ ਆ ਤਾਂ ਤੂੰ ਚੁੱਪ ਹੋ ਜਾਇਆ ਕਰ, ਮੈਨੂੰ ਕਹਿ ਦਿਆ ਕਰ, ਕੋਈ ਨਾ ਮੈਂ ਆਪੇ ਸਮਝਾ ਦਿਆ ਕਰੂ ਉਹਨੂੰ। ਨਿਆਣ ਮੱਤ ਹਜੇ ਉਹਦੀ, ਨਿਆਣ ਮੱਤ ਤਾਂ ਹੈਗੀ ਆ, ਫਿਰ ਗੁੱਸਾ ਕਿਉਂ ਕਰਦੀ ਆ? ਮੈਂ ਕੋਈ ਚੰਗੇ ਵਾਸਤੇ ਸਮਝਾਉਣੀ ਆ? ਹੁਣ ਤੈਨੂੰ, ਤੂੰ ਆਪ ਹੀ ਦੱਸ, ਤੂੰ ਤਾਂ ਮੇਰਾ ਲਾਡਲਾ ਦਿਆ, ਤੈਨੂੰ ਭਲਾ ਮੈਂ ਕਿਵੇਂ ਰੱਖਿਆ? ਕਦੇ ਪਈ ਆ ਤੈਨੂੰ ਭੱਜ ਕੇ? ਤਾਂ ਹੀ ਕਹਿਣਾ ਭਾਬੀ ਵੀ ਚੱਲ ਉਹਦਾ ਨਾ ਸਮਝ ਹੈਗੀ ਆ, ਭਾਬੀ ਤੂੰ ਤਾਂ ਬਹੁਤ ਸਿਆਣੀ ਆਗੀ, ਜੇ ਕੋਈ ਗੱਲ ਹੁੰਦੀ ਆ ਇਹਨੂੰ ਆਪੇ ਸਮਝਾ ਦਿਆ ਕੋਈ। ਹਾਂ ਮਾੜਾ ਮੋਟਾ ਸਮਝਾਇਆ ਕਰ, ਉਹ ਤਾਂ ਉਹੀ ਬਸ ਮਾੜੀ ਮਾੜੀ ਗੱਲ ਤੇ ਮੂੰਹ ਮੋਟਾ ਕਰ ਲੈਂਦੀ ਹੈਗੀ। ਚੱਲ ਠੀਕ ਹੈ ਭਾਬੀ, ਕਰ ਲਾ ਕੰਮ। ਚੱਲ ਠੀਕ ਹੈ, ਮੈਂ ਕਰ ਲਾ ਕੰਮ। ਅੱਛਾ ਇਹ ਗੱਲ ਆ, ਮੇਰੇ ਮੂੰਹ ਤੇ ਤਾਂ ਮਿੱਠਾ ਬਣਦਾ, ਪਿੱਛੋਂ ਭਾਬੀ ਦਾ ਪੱਖ ਪੂਰਦਾ, ਮੈਨੂੰ ਕਹਿੰਦਾ ਬੋਲੀ ਆ ਇਹ। ਕੋਈ ਗੱਲ ਨੀ, ਹੋ ਲੈਂਦੇ ਸ਼ਾਮ, ਘਰੇ ਆਏਗਾ ਨਾ ਤੁਹਾਨੂੰ ਤਾਂ ਮੈਂ ਦੱਸੂ ਫਿਰ। ਉਹ ਗੱਲ ਸੁਣ ਛੋਟੇ ਭਾਈ, ਤੇਰੇ ਨਾਲ ਮੈਂ ਇੱਕ ਗੱਲ ਕਰਨੀ ਹੈ, ਆ ਜਾ ਬਹਿ ਜਾ। ਦੇਖੀ ਬਾਈ, ਐਸੀ ਕਿਹੜੀ ਗੱਲ ਕਰਨੀ ਹੈ ਤੈਨੇ? ਕਹਤੇ ਕਿਸੇ ਨੂੰ ਫ੍ਰੀ 'ਚ ਸੂਟ ਤਾਂ ਨਹੀਂ ਚੁਕਾਤਾ? ਉਹ ਨਹੀਂ ਨਹੀਂ, ਇਹ ਤਾਂ ਆਪਣੇ ਪਰਿਵਾਰ ਦੀ ਗੱਲ ਕਰਨੀ ਹੈ, ਤੂੰ ਬੈਠਦਾ ਸਹੀ, ਦੱਸ ਦੇਗਾ। ਬਹਿਣਾ ਭਾਈ। ਹਾਂ ਬਾਈ, ਦੱਸ ਕੀ ਗੱਲ ਹੋ ਗਈ? ਉਹ ਗੱਲ ਤਾਂ ਇਹ ਹੈ ਛੋਟੇ ਭਾਈ, ਅੱਜ ਜਿਹੜਾ ਆਪਣੇ ਘਰੇ ਨਾ ਨਿੱਤ ਦਾ ਕਲੇਸ਼ ਹੁੰਦਾ ਇਹ ਚੰਗਾ ਨਹੀਂ ਹੁੰਦਾ। ਅੱਜ ਸਵੇਰੇ ਜਦੋਂ ਮੈਂ ਕੰਮ ਤਿਆਰ ਦੀ ਦੋਨਾਂ ਨੇ ਫਿਰ ਝੱਜੂ ਪਾ ਰੱਖਿਆ ਸੀਗਾ। ਆਹ ਮੇਰੇ ਵਾਲੀ ਨੂੰ ਤਾਂ ਮੈਂ ਕਮਲੀ ਬੋਲੀ ਕਹਿ ਕੇ ਸਮਝਾਇਆ ਆ, ਤੂੰ ਵੀ ਆਪਦੇ ਵਾਲੀ ਨੂੰ ਸਮਝਾਇਆ ਕਰ, ਬਹੁਤ ਜ਼ਿਆਦਾ ਬੋਲਦੀ ਆ ਉਹ। ਲੈ ਬਾਈ, ਤੈਨੂੰ ਤਾਂ ਯਾਰ ਮੇਰਾ ਪਰਿਵਾਰ ਇਹ ਗਲਤ ਲੱਗਦਾ ਹੈ। ਦੇਖ ਬਾਈ, ਗਲਤੀ ਇੱਕ ਪਾਸੇ ਦੀ ਨਹੀਂ ਹੁੰਦੀ ਹੈਗੀ, ਗਲਤੀ ਦੋਨਾਂ ਪਾਸੇ ਦੀ ਹੁੰਦੀ ਆ। ਤੂੰ ਐਵੇਂ ਸ਼ਾਲੂ ਨੂੰ ਮਾੜਾ ਨਾ ਬੋਲ। ਉਹ ਗੱਲ ਬਾਈ ਮਾੜਾ ਬੋਲਣ ਦੀ ਨਹੀਂ, ਹੁਣ ਤੂੰ ਆਪ ਸਿਆਣਾ, ਕਿੰਨਾ ਕੁ ਟਾਈਮ ਹੋਇਆ ਉਹਨੂੰ ਘਰੇ ਆਈ ਨੂੰ, ਨਾਲੇ ਤੈਨੂੰ ਤਾਂ ਪਤਾ ਤੂੰ ਹੁਣ ਤੱਕ ਭਾਬੀਆਂ ਪੱਕੀਆਂ ਖਾਧੀਆਂ ਨੇ, ਵੀ ਕਿੰਨਾ ਕੁ ਲੜਦੀ ਸੀ ਆਪਣੇ ਨਾਲ। ਭਾਬੀ ਤੇ ਪੱਕੇ ਤਾਂ ਖਾਧੇ ਨੇ ਬਾਈ, ਪਰ ਮਾੜਾ ਮੋਟਾ ਤੂੰ ਭਾਬੀ ਨੂੰ ਵੀ ਸਮਝਾਇਆ ਕਰ। ਐਂ ਤਾਂ ਮੈਂ ਵੀ ਹੁਣ ਭਾਬੀ ਨੂੰ ਸ਼ਾਲੂ ਬਾਰੇ ਮਾੜੀ ਬੋਲ ਕੇ ਆਇਆ ਵੀ ਹਾਂ ਭਾਬੀ ਚੱਲ ਤੂੰ ਸਿਆਣੀ ਆ। ਨਹੀਂ ਬਾਈ, ਤੂੰ ਭਾਬੀ ਨੂੰ ਇਹ ਗੱਲ ਸਮਝਾ ਵੀ ਜਿਹੜੀਆਂ ਘਰ ਦੀਆਂ ਸਾਰੀਆਂ ਚੀਜ਼ਾਂ ਨੇ ਨਾ, ਉਹ ਸਾਡੇ ਵਿੱਚ ਸਾਰਿਆਂ ਦਾ ਅੱਧੋ ਅੱਧ ਹੈ, ਦੋਨੇ ਘਰਾਂ ਦੀਆਂ ਆਪਣੀਆਂ ਸਾਂਝੀਆਂ ਨੇ, ਇਹ ਆਪਣਾ ਸਾਂਝਾ ਪਰਿਵਾਰ ਹੈ। ਤੂੰ ਦੇਖ ਲਾ, ਜਦੋਂ ਮੇਰਾ ਵਿਆਹ ਹੋਇਆ ਸੀਗਾ ਆ ਮੈਨੂੰ ਮੇਰੇ ਸਹੁਰੇ ਸਾਰਾ ਕੁਝ ਦੇ ਰਹੇ ਤੇ, ਪਰ ਤੈਨੇ ਕੀ ਆਖਿਆ ਸੀ ਵੀ ਨਾ ਬਾਈ ਸਾਡੇ ਤਾਂ ਘਰੇ ਸਾਰੀ ਚੀਜ਼ ਹੈਗੀ ਆ, ਬਸ ਤੁਸੀਂ ਪੈਸੇ ਦੇ ਦਿਓ। ਅਤੇ ਬਾਈ ਹੁਣ ਉਹ ਪੈਸੇ ਤਾਂ ਤੈਨੂੰ ਵੀ ਪਤਾ ਵੀ ਆਪਣੇ ਸਾਂਝੇ ਵਰਤੇ ਨੇਗੇ, ਹੁਣ ਫਿਰ ਉਹ ਸਮਾਨ ਤੁਹਾਡਾ ਕਿਵੇਂ ਹੋਇਆ ਬਾਈ ਇਕੱਲਿਆਂ ਦਾ? ਉਹ ਤਾਂ ਭਾਬੀ ਉਹੀ ਕਲੇਸ਼ ਕਰਦੀ ਆ ਘਰੇ। ਉਹ ਇਹ ਤਾਂ ਤੇਰੀ ਗੱਲ ਮੈਂ ਮੰਨਦਾ, ਫਿਰ ਵੀ ਛੋਟੇ ਭਾਈ ਤੂੰ ਸਮਝਾ ਆਪਦੇ ਜਵਾਕਾਂ ਨੂੰ, ਘਰ 'ਚ ਕਲੇਸ਼ ਨਾ ਚੰਗਾ ਨਹੀਂ ਹੁੰਦਾ। ਉਹ ਤਾਂ ਮੈਂ ਮੰਨਦਾ ਬਾਈ ਵੀ ਘਰ 'ਚ ਕਲੇਸ਼ ਚੰਗਾ ਨਹੀਂ ਹੁੰਦਾ, ਪਰ ਬਾਈ ਤੂੰ ਇੱਕ ਪਾਸਾ ਪੂਰ ਰਹੇਗਾ, ਜਿੰਨੀ ਗਲਤੀ ਸ਼ਾਲੂ ਦੀ ਆ ਉਨੀ ਇਹ ਭਾਬੀ ਦੀ ਆ, ਪਰ ਤੂੰ ਨੇਰੀ ਪੂਰੀ ਸਾਰੀ ਸ਼ਾਲੂ ਦੀ ਕੱਢੀ ਜਾਂਦਾ। ਆਖੇ ਤੂੰ ਸਮਝਾ ਆਪਦੇ ਜਵਾਕਾਂ ਨੂੰ, ਕੀ ਗੱਲ ਬਾਈ ਤੂੰ ਵੀ ਤਾਂ ਭਾਬੀ ਨੂੰ ਸਮਝਾ ਸਕਦਾ ਨਾ। ਨਾਲੇ ਸ਼ਾਲੂ ਸਾਹਮਣੇ ਨਾ ਤੇਰੀ ਭਾਬੀ ਨੂੰ ਮਾੜਾ ਬੋਲ ਕੇ ਆਏਗਾ, ਨਾਲੇ ਸ਼ਾਮ ਨੂੰ ਘਰ ਜਾ ਕੇ ਨਾ ਤੂੰ ਵੀ ਸਮਝਾਈ, ਮੈਂ ਵੀ ਸਮਝਾਊਂਗਾ ਜੋ ਵੀ ਆ ਬਾਈ। ਪਰ ਜਿਹੜੀਆਂ ਗੱਲਾਂ ਤੇ ਭਾਬੀ ਕਲੇਸ਼ ਕਰਦੀਆਂ ਨਾ ਉਹ ਗੱਲ ਮਾੜੀ ਹੈ, ਤੂੰ ਵੀ ਹੁਣ ਭਾਬੀ ਦੀ ਬਣ ਕੇ ਰਹਿ ਗਿਆ, ਕੋਈ ਨਾ ਸਮਝਾ ਦੂੰਗਾ। ਦੇਖ ਲੈ ਇਹ ਵੀ ਕਿਵੇਂ ਬੋਲਦਾ, ਚੱਲ ਕੋਈ ਨਾ ਕੰਮ ਕਾਰ ਕਰੀਏ ਉਹਦਾ। ਸ਼ਾਲੂ ਪਿਆਜ਼ ਤਾਂ ਮੈਂ ਕੱਟੀ ਜਾਂਦੀ ਹਾਂ।
ਤੂੰ ਐਂ ਕਰ, ਲਸਣ ਛਿੱਲ ਲਾ, ਫਿਰ ਆਪਾਂ ਸਬਜ਼ੀ ਨੂੰ ਤੜਕਾ ਲਾ ਦਾਂਗੇ। ਭਾਬੀ ਮੈਂ ਨਾ ਆਪਦੀ ਸਬਜ਼ੀ ਬਣਾਉਣੀ ਆ, ਉਹਦੇ ਵਾਸਤੇ ਪਿਆਜ਼ ਚੱਕੇ ਨੇ, ਤੁਸੀਂ ਆਪਦਾ ਲਸਣ ਵਗੈਰਾ ਆਪ ਹੀ ਕੱਟ ਲਓ। ਅੱਡ ਸਬਜ਼ੀ ਬਣਾਏਗੀ? ਆਹ ਤੇਰੇ ਕਹਿਣ ਦਾ ਕੀ ਮਤਲਬ ਹੈ? ਕਹਿਣ ਦਾ ਮਤਲਬ ਇਹੀ ਆ ਵੀ ਮੈਂ ਸਬਜ਼ੀ ਆਪਦੀ ਆਪ ਬਣਾਉਂਗੀ, ਤੁਸੀਂ ਆਪਦੀ ਸਬਜ਼ੀ ਆਪ ਬਣਾਓ। ਆ ਸ਼ਾਲੂ, ਆ ਤੂੰ ਕਿਹੋ ਜਿਹੀਆਂ ਕਮਲੀਆਂ ਗੱਲਾਂ ਕਰਦੀ ਆ? ਆਪਣਾ ਸਾਂਝਾ ਪਰਿਵਾਰ ਆ, ਸਾਂਝਾ ਚੁੱਲ੍ਹਾ, ਤੇ ਫਿਰ ਰਸੋਈ ਵੀ ਤਾਂ ਸਾਂਝੀ ਆ, ਤਾਂ ਸਬਜ਼ੀ ਵੀ ਫਿਰ ਸਾਂਝੀ ਬਣੂਗੀ ਨਾ। ਕਿਹੜੇ ਸਾਂਝੇ ਪਰਿਵਾਰ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ? ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਨਾ, ਹਰ ਇੱਕ ਚੀਜ਼ 'ਤੇ ਤੁਸੀਂ ਆਪਦੀ ਮੇਰ ਕਰਦੇ ਹੋ ਵੀ ਆਹ ਮੇਰੀ ਆਹ ਮੇਰੀ। ਤਾਂ ਕੀ ਪਤਾ, ਮੈਂ ਕਿਹਾ ਜੇ ਸ਼ਾਮ ਨੂੰ ਸਬਜ਼ੀ ਪਾਉਣ ਲੱਗੇ ਮੈਂ ਸਬਜ਼ੀ ਬਾਟੀ 'ਚ ਪਾਲੀ ਅਤੇ ਕਹਿ ਦਿਉ ਇਹ ਵੀ ਮੈਂ ਬਣਾਈ ਆ, ਕਿਤੇ ਫਿਰ ਅਸੀਂ ਪਾਣੀ ਨਾਲ ਖਾਈਏ ਰੋਟੀ। ਮੈਂ ਕਿਹਾ ਇਹਦੇ ਨਾਲ ਚੰਗਾ ਮੈਂ ਆਪਦੀ ਸਬਜ਼ੀ ਆਪ ਅੱਡ ਬਣਾ ਲਾਂ। ਸ਼ਾਲੂ, ਜਦੋਂ ਹਰ ਰੋਜ਼ ਆਪਣਾ ਰੋਟੀ ਟੁੱਕਾ ਇਕੱਠਾ ਬਣਦਾ, ਫਿਰ ਅੱਜ ਤੂੰ ਅੱਡ ਕਿਉਂ ਬਣਾਏਗੀ? ਤੈਨੂੰ ਕਿਹਾ ਤਾ ਨਾ ਭਾਬੀ, ਤੇਰੇ ਤਾਂ ਕੱਖ ਨਹੀਂ ਪਤਾ ਕਦੋਂ ਸਾਡੇ ਹੱਥੋਂ ਨਾ ਸਬਜ਼ੀ ਲੈ ਜਾਏ ਵੀ ਮੈਂ ਬਣਾਈ ਸੀ ਇਹ। ਕੋਈ ਗੱਲ ਨਹੀਂ, ਇਹਦੇ ਨਾਲ ਚੰਗਾ ਤਾਂ ਨਾ ਮੈਂ ਆਪਦਾ ਆਪ ਬਣਾ ਲੂੰ, ਲੋੜ ਨਹੀਂ ਮੇਰੇ ਕੋਈ ਵੀ ਕੰਮ ਕਰਨ ਦੀ। ਸ਼ਾਲੂ, ਇਹ ਤਾਂ ਸਾਰਿਆਂ ਨਾਲ ਤੇਰੀਆਂ ਅੱਡ ਹੋਣ ਵਾਲੀਆਂ ਗੱਲਾਂ ਨੇ। ਦੇਖੋ ਜਿਵੇਂ ਤੁਹਾਨੂੰ ਲੱਗਦਾ ਉਵੇਂ ਸਹੀ ਫਿਰ। ਤੂੰ ਵੀ ਅੱਡ ਹੋ ਕੇ ਕਿੱਡੀ ਕੁ ਪੂਰੀ ਪਾਉਣੀ ਆ? ਨਹੀਂ ਉਹ ਤਾਂ ਮੈਂ ਹੀ ਆ ਜਿਹੜੀ ਸਾਰਾ ਘਰ ਸਾਂਭੀ ਜਾਂਦੀ ਆ, ਕਿ ਅੱਜ ਤੱਕ ਸਾਂਭਿਆ ਵੀ ਆ। ਤੈਨੂੰ ਦੇਖੂੰਗੀ ਕਿੱਡਾ ਕੁ ਘਰ ਸੰਭਾਲਦੀ ਆ ਤੂੰ। ਵਾਹ ਬਾਈ ਵਾਹ, ਸਬਜ਼ੀ ਬਹੁਤ ਸਵਾਦ ਬਣਾਈ ਹੈ। ਆਪਣਾ ਨਾ ਛੋਟਾ ਨਾ ਜਮਾਂ ਇਹੋ ਜਿਹੀ ਸਬਜ਼ੀ ਖਾਂਦਾ, ਮੈਨੂੰ ਐਂ ਲੱਗਦਾ ਉਹਦੇ ਘਰ ਵਾਲੀ ਨੇ ਬਣਾਈ ਹੋਣੀ। ਆਹੋ ਤੁਹਾਨੂੰ ਤਾਂ ਲੱਗਣੀ ਸੀ। ਉਹ ਤੈਨੂੰ ਕੀ ਹੋਇਆ, ਆਹ ਰੁੱਖਾ ਜਿਹਾ ਤੂੰ ਬੋਲਦੀ ਆ? ਆਹ ਗੱਲ ਹੀ ਇਹੋ ਜਿਹੀ ਆ, ਤੁਹਾਨੂੰ ਕੀ ਦੱਸਾਂ। ਗੱਲ ਹੀ ਇਹੋ ਜਿਹੀ ਆ, ਉਹ ਜੇ ਦੱਸੇਗੀ ਤਾਂ ਹੀ ਪਤਾ ਲੱਗੂਗਾ ਕੀ ਹੋਇਆ ਹੈਗਾ। ਹੁਣ ਤੁਹਾਨੂੰ ਕੀ ਦੱਸਾਂ, ਅੱਜ ਸ਼ਾਲੂ ਨੇ ਨਾ ਆਪਦੀ ਸਬਜ਼ੀ ਰੋਟੀ ਵੀ ਅੱਡ ਬਣਾ ਲਈ, ਕਹਿੰਦੀ ਮੈਥੋਂ ਨਹੀਂ ਸਾਂਝੀ ਬਣਦੀ। ਅੱਡ ਬਣਾ ਲਈ? ਉਹ ਇਹ ਕੀ ਕਹਿ ਰਹੀ ਆ ਤੂੰ? ਹਾਂ ਜੋ ਕਹਿ ਰਹੀ ਆ ਬਸ ਇਹੀ ਸੱਚ ਹੈ। ਉਹ ਤੂੰ ਹੀ ਕੁਛ ਕਿਹਾ ਹੋਊਗਾ ਤਾਂ ਹੀ ਉਹਨੇ ਅੱਡ ਬਣਾ ਲਈ। ਮਾੜਾ ਮੋਟਾ ਨਾ ਪਿਆਰ ਨਾਲ ਬੋਲ ਪਿਆ ਕਰ, ਵੱਡੀ ਆ ਤੂੰ ਸਿਆਣੀ ਹੈ, ਉਹਨੂੰ ਸਮਝਾ ਲਿਆ ਕਰ ਪਿਆਰ ਨਾਲ ਮਾੜਾ ਮੋਟਾ। ਆਹੋ ਤੁਹਾਨੂੰ ਤਾਂ ਮੈਂ ਮਾੜੀ ਲੱਗਦੀ ਆ, ਜਿੱਡਾ ਮਰਜ਼ੀ ਨੇਮ ਚੁਕਾ ਲਓ ਜੇ ਰੱਤੀ ਭਰ ਵੀ ਬੋਲੀ ਹੋਵਾਂ ਮੈਂ, ਤੁਹਾਨੂੰ ਤਾਂ ਬਸ ਮੇਰੇ 'ਚ ਹੀ ਕਮੀਆਂ ਦਿਸਦੀਆਂ ਨੇ। ਉਹ ਗੱਲ ਕਮੀਆਂ ਦਿਸਦੀ ਨਹੀਂ, ਕੋਈ ਤਾਂ ਗੱਲ ਹੋਈ ਹੋਣੀ ਜਿਹੜੀ ਐਡੀ ਨੌਬਤ ਆ ਗਈ, ਅੱਡ ਰੋਟੀ ਬਣਾ ਕੇ ਬਹਿ ਗਈ। ਗੱਲ ਕੀ ਹੋਣੀ ਆ, ਬਸ ਹੁਣ ਉਹ ਅੱਡ ਹੋਣ ਨੂੰ ਫਿਰਦੀ ਹੈ। ਅੱਡ ਹੋਣ ਨੂੰ ਫਿਰਦੀ ਹੈ, ਗੱਲ ਇੱਥੇ ਤੱਕ ਆ ਗਈ। ਆ ਲੈ ਜਾ ਰੋਟੀ। ਹੁਣ ਕੀ ਗੱਲ ਹੋ ਗਈ? ਕੋਈ ਨਾ ਆਪਾਂ ਛੋਟੇ ਨੂੰ ਸਮਝਾਵਾਂਗੇ, ਤੁਸੀਂ ਰੋਟੀ ਤਾਂ ਖਾਓ। ਉਹ ਬਸ ਹੁਣ ਨਹੀਂ ਲੰਘਣੀ, ਤੂੰ ਲੈ ਜਾ ਇਹਨੂੰ। ਕੋਈ ਨਾ ਸਮਝਾਵਾਂਗੇ ਨਾ, ਤੁਸੀਂ ਰੋਟੀ ਖਾਓ, ਚੰਗੇ ਭਲੇ ਤਾਂ ਖਾਈ ਜਾਂਦੇ ਸੀ ਹੁਣ ਰੋਟੀ। ਤੈਨੂੰ ਕਿਹਾ ਨਾ ਯਾਰ, ਤੂੰ ਲੈ ਜਾ ਇਹਨੂੰ। ਕਿੰਨੀ ਵਾਰ ਸਮਝਾਇਆ ਇਹਨਾਂ ਨੂੰ ਨਾਲ ਮਿਲ ਕੇ ਕੰਮ ਕਰ ਲਿਆ ਕਰੋ, ਪਤਾ ਨਹੀਂ ਕਿਉਂ ਨਹੀਂ ਸਮਝਦੀਆਂ। ਅੱਡ ਹੋਣ ਤੱਕ ਨੌਬਤ ਆ ਗਈ, ਚੱਲ ਕੋਈ ਨਾ ਫਿਰ ਛੋਟੇ ਨਾਲ ਕਰਦਾ ਗੱਲ, ਦੇਖਦਾ ਕੀ ਬਣਦਾ। ਕੀ ਹੋ ਗਿਆ ਜੀ, ਤੁਹਾਨੂੰ ਪਤਾ ਤਾਂ ਦੇਖੀ ਜਾਂਦੀ ਹਾਂ ਮੈਂ, ਕੀ ਸੋਚਾਂ 'ਚ ਪਏ ਹੋ? ਸੋਚ ਤਾਂ ਕਿਹੜੀ ਹੋਣੀ ਆ ਯਾਰ, ਬਸ ਅੱਜ ਦੁਕਾਨ 'ਤੇ ਭਾਈ ਨੂੰ ਉੱਚਾ ਨੀਵਾਂ ਜਿਹਾ ਬੋਲਿਆ ਗਿਆ, ਉਹਦਾ ਪਛਤਾਵਾ ਕਰ ਰਿਹਾ ਗਾ ਵੀ ਜੇ ਨਾ ਬੋਲਦਾ ਤਾਂ ਚੰਗੀ ਗੱਲ ਸੀ।
ਕਿਉਂ ਇੰਨਾ ਸੋਚਦੇ ਹੋ? ਜੋ ਕੁਛ ਹੁੰਦਾ ਚੰਗੇ ਨੂੰ ਹੀ ਹੁੰਦਾ। ਚੰਗੇ ਨੂੰ ਤਾਂ ਕਿਉਂ ਹੁੰਦਾ, ਫਿਰ ਵੀ ਯਾਰ ਵੱਡਾ ਭਾਈ ਹੈ ਕਰਦਾ ਬਹੁਤ ਵਾਰ ਬੰਦਾ ਲਾਣੀਦਾਰੀ ਆ ਕਰਦੀ ਦੇ ਲਵੇ, ਮਾੜਾ ਲੱਗਿਆ ਬੋਲ ਕੇ ਉਹਨੂੰ। ਸੱਚੀ ਗੱਲ ਆ ਲਾਣੇਦਾਰਾ ਕਰਦਾ, ਪਰ ਤੁਸੀਂ ਤੁਹਾਡੇ ਹੱਥ 'ਚ ਕੀ ਆ? ਕੁਛ ਵੀ ਨਹੀਂ। ਜੇ ਕੋਈ ਚੀਜ਼ ਵੀ ਲੈਣੀ ਹੈ ਨਾ ਪਹਿਲਾਂ ਉਹਨਾਂ ਅੱਗੇ ਹੱਥ ਅੱਡਣਾ ਪੈਂਦਾ ਵੀ ਹਾਂ ਪੈਸੇ ਦੇ ਦਿਓ ਮੈਂ ਆਹ ਚੀਜ਼ ਲੈ ਕੇ ਆਉਣੀ। ਗੁਲਾਮ ਜਿਹੇ ਬਣੇ ਬੈਠੇ ਆਪਾਂ ਤਾਂ। ਇਹਦੇ ਵਿੱਚ ਗੁਲਾਮੀ ਵਾਲੀ ਕੀ ਗੱਲ ਹੈ ਭਾਈ? ਆ ਵੱਡਾ ਘਰ ਦੀ ਕਬੀਲਦਾਰੀ ਉਹਦੇ ਕੋਲ, ਉਹ ਸਮਕਾ ਜੇ ਕੋਈ ਪਰਿਵਾਰ ਚਲਾਉਣ ਵਾਲਾ ਕੋਈ ਵੱਡਾ ਬੰਦਾ ਅੱਗੇ ਹੋਵੇ ਨਾ ਤਾਂ ਕੰਮਾਂ ਕਾਰਾਂ ਦੇ ਵਿੱਚ ਬਰਕਤਾਂ ਹੀ ਪੈਂਦੀਆਂ ਨੇ, ਪਰਿਵਾਰ ਅੱਗੇ ਵੱਧਦੇ ਨੇ। ਮਾੜੇ ਜੀ ਨਾ ਅਖਿਆਲੀ ਦੁਨੀਆਂ 'ਚੋਂ ਬਾਹਰ ਨਿਕਲ ਜਾਓ। ਅਖਿਆਲੀ ਦੁਨੀਆਂ 'ਚੋਂ ਬਾਹਰ ਨਿਕਲ ਜਾਓ? ਕਿਉਂ, ਗੱਲ ਕੀ ਹੋਈ? ਨਹੀਂ ਗੱਲ ਹੋਈ ਹੀ ਨਹੀਂ। ਹਾਂ ਦੇਖ ਲਓ ਉਹਦੀ ਘਰ ਵਾਲੀ ਮੈਨੂੰ ਬੋਲਦੀ ਆ ਅਤੇ ਬਾਈ ਉਹ ਵੀ ਸਵੇਰੇ ਮੈਨੂੰ ਹੀ ਬੋਲ ਕੇ ਗਿਆ ਨਾ। ਮਾੜਾ ਮੋਟਾ ਤੁਸੀਂ ਦੁਕਾਨ 'ਤੇ ਟਾਈਮ ਨਾਲ ਜਾਇਆ ਕਰੋ, ਦੇਖਿਆ ਕਰੋ ਵੀ ਕੀ ਕਮਾਈ ਹੁੰਦੀ ਕੀ ਨਹੀਂ। ਤੁਹਾਨੂੰ ਤਾਂ ਕੁਛ ਪਤਾ ਹੀ ਨਹੀਂ ਹੈਗਾ, ਜਿਵੇਂ ਉਹ ਕਹਿ ਦਿੰਦੇ ਨੇ ਤੁਸੀਂ ਉਵੇਂ ਚੱਲ ਪੈਂਦੇ ਨਾ। ਅੱਗੇ ਆਪਣਾ ਵੀ ਪਰਿਵਾਰ ਹੋਊਗਾ, ਹੁਣ ਹੀ ਆਪਾਂ ਇੰਨਾ ਕੁਛ ਸੁਣਦੇ ਹਾਂ, ਅੱਗੇ ਜਾ ਕੇ ਕੀ ਹੋ? ਬਾਈ ਧੋਖਾ ਥੋੜ੍ਹੀ ਕਰੂਗਾ ਆਪਣੇ ਨਾਲ, ਜਦੋਂ ਹੁਣ ਤੱਕ ਆਪਣੇ ਨਾਲ ਸਹੀ ਆਇਆ ਹੁਣ ਕਿਹੜਾ ਆਪਣਾ ਮਾੜਾ ਚਾਹੂਗਾ। ਬੰਦੇ ਦੀ ਨਾ ਨੀਤ ਬਦਲਦੇ ਨੂੰ ਟਾਈਮ ਨਹੀਂ ਲੱਗਦਾ, ਬਾਕੀ ਤੁਹਾਨੂੰ ਪਤਾ ਤਾਂ ਹੈਗਾ ਭਾਬੀ ਕਿੰਨੀ ਤੇਜ਼ ਆ, ਜਿਹਨੇ ਆਪਣੇ ਮਗਰ ਲਾ ਲਿਆ ਆਪਣੇ ਪੱਲੇ ਤਾਂ ਕੱਖ ਨਹੀਂ ਰਹਿਣਾ। ਮੈਂ ਤਾਂ ਐਂ ਕਹਿੰਦੀ ਹਾਂ ਜੀ ਤੁਸੀਂ ਆਪਣਾ ਹਿੱਸਾ ਨਾ ਆਪਣੇ ਹੱਥ 'ਚ ਲੈ ਲਓ। ਪਾਗਲ ਤਾਂ ਨਹੀਂ ਹੋ ਗਈ, ਕੀ ਗੱਲਾਂ ਕਰੀ ਜਾਂਦੀ ਹੈ? ਆਪਦਾ ਹਿੱਸਾ ਕਾਹਨੂੰ ਕਾਹਨੂੰ ਰਹਿਣ ਦੇ, ਆਹ ਲੋਕ ਕੀ ਗੱਲਾਂ ਕਰਨਗੇ? ਨਾਲੇ ਅੱਜ ਉਹਦੇ ਬੇਬੇ ਬਾਪੂ ਤੁਰੇ ਨਾ ਉਹਦੇ ਜਹਾਨ ਤੋਂ, ਭਾਈ ਸਾਰਾ ਕੁਛ ਕਰਦਾ ਆ ਆਪਣਾ, ਕੀ ਸਾਲੇ ਲੋਕ ਕਹਿੰਦੀ ਲੋਕਾਂ 'ਚ ਗੱਲਾਂ ਬਣ ਕੇ ਰਹਿ ਜਾਣਗੀਆਂ ਆਪਣੇ ਪਰਿਵਾਰ ਦੀਆਂ। ਉਹ ਕੁਛ ਨਹੀਂ ਹੁੰਦਾ ਜੀ, ਅੱਜ ਕੱਲ੍ਹ ਹਰ ਕੋਈ ਅੱਡ ਹੁੰਦਾ, ਆਪਾਂ ਕੋਈ ਨਵੀਂ ਚੀਜ਼ ਤਾਂ ਕਰ ਨਹੀਂ ਰਹੇ। ਨਾਲ ਜਦੋਂ ਲੋਕਾਂ ਦੇ ਨਾ ਵਿਆਹ ਹੋ ਜਾਂਦੇ ਨੇ ਦੋਨੋਂ ਭਾਈਆਂ ਦੇ ਵਿਚਕਾਰ ਵੰਡ ਪੈ ਹੀ ਜਾਂਦੀ ਹੈ। ਮਾਮਾ ਆਪਣੀ ਅੱਡ ਹੁੰਦੀ ਉਹ ਸਮਝੋ ਨਾ, ਤੁਸੀਂ ਮੇਰੇ ਬਾਰੇ ਸੋਚ ਲਓ। ਦੇਖੋ ਮੈਥੋਂ ਨਹੀਂ ਇੱਥੇ ਦਾ ਕਲੇਸ਼ ਚੱਲਿਆ ਜਾਂਦਾ, ਜੇ ਤੁਹਾਨੂੰ ਐਂ ਲੱਗਦਾ ਨਾ ਠੀਕ ਹੈ ਤੁਸੀਂ ਮੈਥੋਂ ਨਹੀਂ ਇੱਥੇ ਰਿਹਾ ਜਾਣਾ, ਮੈਂ ਉੱਥੇ ਪੇਕੇ ਵਗ ਜਾਂਦੀ ਹਾਂ, ਤੁਸੀਂ ਰਹੀ ਚੱਲੋ ਇਹਨਾਂ ਨਾਲ। ਪੇਕੇ ਵਗ ਜਾਂਦੀ ਹਾਂ, ਇਹ ਕੋਈ ਗੱਲ ਥੋੜ੍ਹੀ ਹੋਈ? ਫਿਰ ਕਿਉਂ ਗਏ ਜੇ ਮੈਨੂੰ ਉੱਚਾ ਨੀਵਾਂ ਬੋਲ ਪਿਆ ਹੋਵਾਂ ਅੱਜ ਦੁਕਾਨ 'ਤੇ? ਕੀ ਹੋਇਆ ਜੇ ਤੇਰੀ ਭਾਬੀ ਬੋਲ ਦਿੰਦੀ ਆ? ਮੈਥੋਂ ਨਹੀਂ ਸੁਣਿਆ ਜਾਂਦਾ, ਬਾਕੀ ਤੁਹਾਨੂੰ ਮਰਜ਼ੀ ਤੁਹਾਡੀ ਆ, ਮੈਂ ਕੁਛ ਨਹੀਂ ਕਹਿ ਸਕਦੀ ਇਹ 'ਚ ਤੁਹਾਨੂੰ। ਕੀ ਕਰੀਏ ਹੁਣ, ਅੱਡ ਹੋ ਜਾ। ਔਰ ਇੱਕ ਗੱਲ ਹੈ ਕਹਿੰਦੀ ਤਾਂ ਇਹ ਵੀ ਸਹੀ ਹੈ ਵੀ ਬੰਦੇ ਦਾ ਮਨ ਬਦਲਦੇ ਨੂੰ ਟਾਈਮ ਨਹੀਂ ਲੱਗਦਾ। ਕੱਲ੍ਹ ਕਰਾਉਣ ਨੂੰ ਜੇ ਭਾਬੀ ਨੇ ਬਾਈ ਨੂੰ ਕੁਛ ਸਿਖਾਤਾ ਹੁਣ ਤਾਂ ਬੇੜਾ ਸੰਭਲ ਜੂੰਗਾ ਮੈਂ, ਜੇ ਬਾਅਦ 'ਚੋਂ ਭਾਈ ਨੇ ਠੇਡਾ ਮਾਰਿਆ ਨਾ ਮੈਂ ਘਰ ਦਾ ਰਹਿਣਾ ਨਾ ਘਾਟ ਦਾ। ਕੋਈ ਨਾ ਕਰਦਾ ਤੜਕੀ ਬਾਈ ਨੂੰ ਹਿੱਸੇ ਬਾਰੇ ਗੱਲ ਵੀ ਪਰ ਅੱਡੋ ਅੱਡੀ ਹੁੰਦੇ ਆ। ਹਾਂਜੀ ਹਾਂਜੀ ਖੋਲਾਂਗੇ ਦੁਕਾਨ ਤਾਂ, ਤੁਸੀਂ ਅੱਧੇ ਘੰਟੇ ਤੱਕ ਆ ਜਾਇਓ। ਉਹ ਨਾਨਾ ਛੁੱਟੀ ਕਾਹਨੂੰ ਮਾਰਨੀ ਆ?
ਸੂਟ ਤਾਂ ਸਾਰੇ ਆਏ ਪਏ ਨੇ, ਜਿਹੜਾ ਮਰਜ਼ੀ ਲੈ ਜਾਇਓ, ਕੋਈ ਨਹੀਂ ਆ ਜਾਓ ਤੁਸੀਂ, ਠੀਕ ਹੈ ਜੀ। ਓਏ ਆ ਜਾ ਛੋਟੇ ਭਾਈ, ਬਹਿ ਜਾ, ਚਾਹ ਪੀਂਦੇ ਹੈਗੇ। ਆ ਤੇਰੀ ਭਾਬੀ ਨੇ ਬਣਾ ਰੱਖੀ ਆ, ਲਿਆਉਂਦੀ ਆ। ਕੋਈ ਨਾ ਭਾਈ, ਤੂੰ ਪੀ ਲਾ ਚਾਹ, ਮੈਂ ਤਾਂ ਨਹੀਂ ਪੀਣੀ ਸੀਗੀ। ਪੀਣੀ ਨਹੀਂ, ਓਏ ਅੱਗੇ ਵੀ ਤਾਂ ਪੀਣਾ ਹੈ, ਚਾਹ ਪੀ ਕੇ ਫਿਰ ਆਪਾਂ ਨੇ ਦੁਕਾਨ 'ਤੇ ਜਾਣਾ, ਬਹਿ ਜਾ। ਕੋਈ ਨਾ ਭਾਈ, ਤੂੰ ਚੱਲ ਜਾਈ ਯਾਰ ਦੁਕਾਨ 'ਤੇ, ਮੈਂ ਨਹੀਂ ਜਾਂਦਾ ਤੇਰੇ ਨਾਲ। ਉਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਤੂੰ, ਚੱਲ ਪਹਿਲਾਂ ਚਾਹ ਪੀਣਾ ਕੋਈ ਨਾ। ਉਹ ਅਮਣਾ, ਆਹ ਚਾਹ ਲੈ ਕੇ ਆਈ ਸਾਡੇ ਵਾਸਤੇ। ਉਹ ਬਹਿ ਤਾਂ ਜਾ, ਗੱਲ ਕੀ ਹੋਈ ਹੈ, ਕੁਛ ਪਤਾ ਤਾਂ ਲੱਗੇ। ਗੱਲ ਤਾਂ ਕੁਛ ਨਹੀਂ ਹੋਈ, ਬਸ ਹੁਣ ਮਨ ਜ ਨਹੀਂ ਕਦੀ ਚਾਹ ਪੀਣ ਦਾ। ਮਨ ਨਹੀਂ, ਉਹ ਇਹੋ ਜਿਹਾ ਕੀ ਹੋ ਗਿਆ? ਉਹ ਆਹ ਕੀ ਤੂੰ ਇੱਕ ਕੱਪ ਲੈ ਕੇ ਆਈ ਆ, ਸੇਮੀ ਵਾਸਤੇ ਵੀ ਲੈ ਕੇ ਆਈ, ਜਾਦੇ ਵਾਸਤੇ ਵੀ ਲਿਆ। ਕਾਹਨੂੰ ਬਈ, ਮੇਰੇ ਵਾਸਤੇ ਕਾਹਤੋਂ ਲਿਆ ਬਈ? ਜੇ ਮੇਰੇ ਵਾਸਤੇ ਲੈ ਕੇ ਆਉਣੀ ਹੁੰਦੀ ਤਾਂ ਭਾਬੀ ਇੱਕ ਕੱਪ ਨਹੀਂ, ਦੋ ਕੱਪ ਲੈ ਕੇ ਆਉਂਦੀ। ਨਾ ਤੈਨੂੰ ਪਤਾ ਨਹੀਂ, ਜਦੋਂ ਅਸੀਂ ਦੋਨੇ ਜਾਣੇ ਬੈਠੇ ਹਾਂ, ਤੂੰ ਦੋਨਾਂ ਵਾਸਤੇ ਚਾਹ ਲੈ ਕੇ ਆਉਣੀ ਸੀ, ਆਹ ਮੇਰੇ ਇਕੱਲੇ ਵਾਸਤੇ ਲੈ ਆਈ। ਕੱਪ ਤਾਂ ਦੋ ਛੱਡੋ ਜੀ, ਮੈਂ ਚਾਰ ਲੈ ਆਉਂਦੀ, ਪਰ ਕੀ ਫਾਇਦਾ, ਇੱਥੇ ਪਏ ਰਹਿੰਦੇ, ਆ ਪੀਣੀ ਤਾਂ ਕਿਸੇ ਨੇ ਹੈ ਨਹੀਂ ਸੀ, ਨਾਲੇ ਉਹ ਮੇਮ ਨੇ ਤਾਂ ਆਪਦੀ ਚਾਹ ਅੱਡ ਬਣਾ ਰੱਖੀ ਹੈ। ਅੱਡ ਚਾਹ ਬਣਾ ਰੱਖੀ ਹੈ, ਉਹ ਇਹ ਕੀ ਕਹਿ ਰਹੀ ਆ ਤੂੰ? ਬਣਾਊਗੀ ਬਾਈ, ਜਦੋਂ ਘਰ ਦੇ ਵਿੱਚ ਕਦਰ ਨਾ ਹੋਵੇ ਨਾ, ਫਿਰ ਬੰਦਾ ਅੱਡ ਵਿੱਢੇ ਚੰਗਾ ਹੁੰਦਾ। ਤੈਨੂੰ ਤਾਂ ਪਤੀ ਆ ਬਾਈ, ਕੱਲ੍ਹ ਕੀ ਕਿਹਾ ਘੱਟੇ ਦੀ ਮੈਂ, ਸਾਰਾ ਦਿਨ ਤਾਂ ਉਹਦੇ ਨਾਲ ਜੀਤੀ ਜਾਂਦੀ ਆ ਬਾਈ, ਆ ਤੇਰੇ ਮੂੰਹ 'ਚ ਤਾਂ ਮਿੱਠੀ ਬਣ ਜਾਂਦੀ ਆ ਭਾਬੀ, ਮੇਰੇ ਮੂੰਹ 'ਤੇ ਮਿੱਠੀ ਹੁੰਦੀ ਆ, ਬਾਅਦ 'ਚ ਉਹਦੇ ਨਾਲ ਕੱਟਦੀ ਨਹੀਂ ਹੈਗੀ। ਵਿਆਹ ਕੇ ਲਿਆਉਂਦੀ ਆ ਬਾਈ, ਕੋਈ ਕੱਢ ਕੇ ਤਾਂ ਨਹੀਂ, ਨਾਲੇ ਉਹ ਵੀ ਕਿਸੇ ਦੀ ਧੀ ਆ, ਅਗਲੇ ਨੇ ਘਰੇ ਤੋਰੀ ਆ, ਅਗਲੇ ਵੀ ਇੱਥੇ ਇੱਜ਼ਤ ਹੋਣੀ ਚਾਹੀਦੀ ਆ। ਉਹ ਸੇਮੀ, ਇਹ ਗੱਲ ਤਾਂ ਠੀਕ ਹੈ, ਵਿਆਹ ਕੇ ਲਿਆਉਂਦੀ ਹੈ, ਇਹਨੂੰ ਵੀ ਤਾਂ ਵਿਆਹ ਕੇ ਲਿਆ ਦੀਏ, ਨਾਲੇ ਤੈਨੂੰ ਤਾਂ ਪਤਾ ਹੁਣ ਤੱਕ ਇਹੀ ਦੀ ਘਰ ਦੇ ਵਿੱਚ, ਉਹ ਤਾਂ ਹੁਣ ਨਵੀਂ ਆਈ ਹੈ, ਜੇ ਇਹ ਜ਼ਿਆਦਾ ਬੋਲਦੀ ਹੈ ਉਹ ਚੁੱਪ ਕਰ ਜੇ, ਕਹਿੰਦੇ ਨਹੀਂ ਹੁੰਦੇ ਇੱਕ ਚੁੱਪ ਸੌ ਸੁੱਖ। ਆ ਵੇਖ ਲਓ ਜੀ, ਸੇਮੀ ਪਹਿਲਾਂ ਜਮਾਂ ਨਹੀਂ ਬੋਲਦਾ ਹੁੰਦਾ ਸੀ, ਪਤਾ ਨਹੀਂ ਕੀ ਕੀ ਕੰਨ ਭਰਿਆ, ਇਹਨੂੰ ਵੀ ਆਪਦੇ ਵਰਗਾ ਬਣਾ ਲਿਆ। ਉਹ ਚੱਲ ਕੋਈ ਨਾ, ਤੂੰ ਵੀ ਚੁੱਪ ਕਰ, ਬਹੁਤਾ ਨਹੀਂ ਬੋਲਿਆ ਕਰਦੇ। ਮੈਂ ਪਹਿਲਾਂ ਤੈਨੂੰ ਕਿੰਨੇ ਲਾਡਾਂ ਪਿਆਰਾਂ ਨਾਲ ਰੱਖਿਆਗਾ, ਹੁਣ ਤੈਨੂੰ ਮੈਂ ਭੈੜੀ ਲੱਗਣ ਲੱਗ ਗਈ। ਕੋਈ ਨਾ ਭਾਬੀ, ਤੁਸੀਂ ਕੰਮ ਕਰੋ ਆਪਣਾ। ਉਹ ਚੱਲ ਤੂੰ ਰਹਿਣਾ ਖੜੀ ਰਹਿ, ਜਿਹਦੇ ਵਾਸਤੇ ਵੀ ਚਾਹ ਲੈ ਕੇ ਆ। ਰਹਿਣ ਦੇ ਭਾਬੀ, ਰਹਿਣ ਦੇ, ਚਲੋ ਚਾਹ ਲੈ ਕੇ। ਉਹ ਚੱਲ ਠੀਕ ਹੈ ਛੋਟੇ ਭਾਈ, ਜਿਵੇਂ ਤੇਰੀ ਮਰਜ਼ੀ। ਚਲੋ ਜੀ ਚਾਹ। ਉਹ ਰੁਕ ਜਾ ਛੋਟਿਆ, ਗੱਲ ਸੁਣ ਲੈ, ਇਹ ਦਰਾਣਾ ਪੈਂਦੀਆਂ ਪੈਂਦੀਆਂ ਨਾ ਪੈ ਜਾਂਦੀਆਂ ਨੇ, ਮਸਲੇ ਨਾ ਗੱਲਾਂ ਨਾਲ ਵੀ ਹੱਲ ਹੋ ਜਾਂਦੇ ਨੇ, ਜੇ ਪਿਆਰ ਨਾਲ ਰਹਾਂਗੇ ਤਾਂ ਘਰ ਬਸਦਾ ਬਸ ਜੂਗਾ, ਨਹੀਂ ਤਾਂ ਇਹ ਜਨਾਨੀਆਂ ਪਿੱਛੇ ਲੱਗ ਕੇ ਤਾਂ ਨਾ ਉੱਜੜੇ ਜਾਂਦਾ, ਨਾਲੇ ਆਪਾਂ ਦੋਵਾਂ ਭਾਈਆਂ ਨੇ ਤਾਂ ਵਰਤਣਾ, ਉਹ ਤੂੰ ਤਾਂ ਬੰਦਾ, ਬੰਦਿਆਂ ਲਈ ਸੋਚ ਰੱਖ ਮਾੜੀ ਮੋਟੀ। ਚੱਲ ਛੱਡੋ ਜੀ, ਜੇ ਇਹਨਾਂ ਨੂੰ ਇੰਨੇ ਸ਼ੌਂਕ ਹੈ ਨਾ ਅਲੱਗ ਰਹਿਣ ਦਾ, ਤਾਂ ਹੋ ਜਾਣ ਦਿਓ, ਬਾਕੀ ਇਹਨਾਂ ਦੀ ਇੱਛਾ। ਆ ਦੇਖ ਲਓ ਜੀ, ਮੈਂ ਤੁਹਾਨੂੰ ਕਿਹਾ ਸੀ ਨਾ ਭਾਬੀ ਅੱਡ ਹੋ ਗਈ ਰਾਜੀ ਆ, ਨਾ ਹੁਣ ਤਾਂ ਤੁਹਾਡੇ ਮੂੰਹ 'ਤੇ ਹੀ ਗੱਲਾਂ ਕਰੀ ਜਾਂਦੀ ਆ, ਵੀ ਹੋ ਜਾਓ ਅੱਡ। ਕਿਉਂ ਬਾਈ, ਹੁਣ ਤਾਂ ਤੈਨੂੰ ਵੀ ਸੁਣ ਕੇ ਹੋਣਾ ਨਾ, ਤੇਰੇ ਕੰਨ ਤਾਂ ਨਹੀਂ ਬੰਦ ਹੈਗੇ, ਭਾਬੀ ਤਾਂ ਸਾਨੂੰ ਇਹ ਘਰ ਵਿੱਚ ਦੇਖ ਕੇ ਰਾਜੀ ਨਹੀਂ ਹੈਗੀ। ਨਾ ਦੇਖ ਕੇ ਕਿਉਂ ਨਹੀਂ ਰਾਜੀ, ਜਿੰਨਾ ਕਸੂਰ ਇਹਦਾ ਓਨਾ ਹੀ ਉਹਦਾ, ਨਾਲੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਛੋਟੇ ਭਾਈ, ਮੈਂ ਤੈਨੂੰ ਫਿਰ ਵੀ ਸਮਝਾਉਣਾ, ਬਸਦਾ ਬਸਦਾ ਘਰ ਨਾ ਬਸ ਜਾਂਦਾ, ਗੱਲ ਨੂੰ ਜ਼ਿਆਦਾ ਅੱਗੇ ਨਾ ਵਧਾਓ। ਸਹੀ ਗੱਲ ਕਹਿਣਾ ਬਾਈ ਤੂੰ, ਬਸਦੇ ਘਰ ਨਾ ਬਸ ਜਾਂਦੇ ਨੇ,
ਤੇ ਉਜੜਦੇ ਉਜੜ ਜਾਂਦੇ ਨੇ। ਘਰ ਤਾਂ ਬਈ ਆਪਣਾ ਵਸਿਆ ਵਸਾਈ ਤੀਗਾ, ਬਸ ਜਦੋਂ ਜਾਣ ਵਾਲੇ ਆ ਜਾਣ ਨਾ ਫਿਰ ਘਰ ਬਹੁਤੀ ਦੇਰ ਵੱਸਦੇ ਨਹੀਂ ਹੁੰਦੇ। ਨਾਲੇ ਬਈ ਮੈਂ ਤਾਂ ਇਹ ਕਹਿਣਾ ਵੀ ਅੱਜ ਆਪਣਾ ਸੁਲਾ ਸਾਹਿਬ ਜੀ ਨਾਲ ਨਿਬੜ ਰਿਹਾ ਨਵੇੜ ਲਾ, ਕੱਲੂ ਇੰਨੇ ਵੈਰ ਪੈਣਗੇ ਕੋਈ ਬਹੁਤੀ ਮਹਾਨ ਗੱਲ ਨਹੀਂ ਹੈਗੀ। ਘਰ ਚਾਰ ਰਿਸ਼ਤੇਦਾਰਾਂ ਨੂੰ ਇਕੱਠੇ ਵੰਡੀ ਪੈ ਲੈਂਦੇ ਬਈ। ਉਹ ਚੱਲ ਠੀਕ ਹੈ, ਜੇ ਤੂੰ ਇਹੀ ਚਾਹੁੰਦਾ ਨਾ ਕਰ ਲੈਣਾ ਰਿਸ਼ਤੇਦਾਰ ਇਕੱਠੇ, ਜੋ ਫੈਸਲਾ ਕਰਨਗੇ ਦੋਨਾਂ ਨੂੰ ਉਹੀ ਮਨਜ਼ੂਰ ਹੋਊਗਾ। ਬਸ ਬਾਈ ਬੁਲਾ ਲਾਂਗੇ ਫਿਰ ਰਿਸ਼ਤੇਦਾਰਾਂ ਨੂੰ, ਦਿਨ ਵੱਲ ਲਓ ਬਦਲ ਤਾਂ ਵੰਡੀਏ ਪਈ ਚੰਗੀ ਹੈ। ਠੀਕ ਹੈ, ਜਿੰਨਾ ਚਿਰ ਰੌਲਾ ਚੱਲੂ ਨਾ ਉਹਨਾਂ ਚਿਰ ਦੁਕਾਨ ਵੀ ਬੰਦ ਰਹੂਗੀ, ਰੈਡੀ ਹੋਣਾ ਹੁੰਦਾ ਕੁਛ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।